गुण पर एक गुण नाही, अमृत चाट पिखा बिख खाई, माया मोह परम पैपुले सुत दारा सुप्रीत। एक उत्तम पंथ सुनो गुर संगत, तेहे मिलंत जम त्रास मिटाई, एक अरदास पाठ कीरत की, गुर रामदास राखो सरत। एक अरदास पाठ कीरत की, गुर रामदास राखो सरणा। वहन सहज सभाए दर्शन परसय गुरु के, जन्म मरण दुख जाए, हो सिफत समे नूर अर सह कुर सह चटी, तुद डठे सचे पातशाह, मल जन्म जन्म दी कटी, सजन सचा पातशाह, सिर शाह दशाह, जिस पास बैठिया सोही है, सब नावे साह, सजन सचा पातशाह, सिर शाह दशाह, जिस पास बैठिया सोही है, सब नावे साह। सतनाम श्री वाहे गुरु साहिब जी, राम काली मोहल्ला पंजवा, जो तिस पावे सो थिया, सदा सदा हर की शरणाई, प्रभ बिन नाही आन बिया, जो तिस पावे सो थिया, सदा सदा हर की शरणाई, प्रभ बिन नाही आन बिया, पुत कलत्तर लक्ष्मी दीसै, इन मह किछु न संग लिया, बिखै ठगौरी खाए पुलन्ना, माया मंदर त्याग गया, निंदा कर कर बहुत विगुता, गर्भ जोन मह किरत पया, उर्व कमान छोड़ नाही, जम दूत ग्रास्यो महाभया, बोले झूठ कमावे अवरा, त्रिसन न बुझे बहुत हया, असार
ਸਦ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਯਾ ਜਿਨੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਾਇਆ ਜਿਨਹੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਵੀਆ। ਹੇ ਭਾਈ, ਜੋ ਕੁਛ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ। ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸ਼ਰਨ ਪਿਆ ਰਹੋ। ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਕੁਛ ਕਰਨ ਜੋਗਾ ਨਹੀਂ ਹੈ, ਰਹਾਓ। ਹੇ ਭਾਈ, ਪੁੱਤਰ, ਇਸਤਰੀ, ਮਾਇਆ, ਇਹ ਜੋ ਕੁਛ ਦਿਸ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਜੀਵ ਆਪਣੇ ਨਾਲ ਨਹੀਂ ਲੈ ਜਾਂਦਾ। ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਖਾ ਕੇ ਜੀਵ ਕੁਰਾਏ ਪਿਆ ਰਹਿੰਦਾ ਹੈ। ਆਖਰ ਇਹ ਮਾਇਆ, ਇਹ ਸੋਨਾ ਘਰ ਸਭ ਕੁਝ ਛੱਡ ਕੇ ਤੁਰ ਜਾਂਦਾ ਹੈ। ਹੇ ਭਾਈ, ਜੀਵ ਦੂਜਿਆਂ ਦੀ ਨਿੰਦਾ ਕਰ ਕਰਕੇ ਬਹੁਤ ਖੁਆਰ ਹੁੰਦਾ ਰਹਿੰਦਾ ਹੈ ਅਤੇ ਆਪਣੇ ਇਸ ਕਿੱਤੇ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਜਾ ਪੈਂਦਾ ਹੈ। ਇਹ ਆਮ ਅਸੂਲ ਦੀ ਗੱਲ ਹੈ ਕਿ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ ਅਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ। ਮਾਇਆ ਦੇ ਮੋਹ ਦੀ ਠੱਗ ਬੂਟੀ ਖਾ ਕੇ ਮਾਇਆ ਦੀ ਖਾਤਿਰ ਜੀਵ ਝੂਠ ਬੋਲਦਾ ਹੈ, ਮੂੰਹੋਂ ਆਖਦਾ ਹੋਰ ਹੈ ਅਤੇ ਕਮਾਉਂਦਾ ਕੁਛ ਹੋਰ ਹੈ। ਇਸਦੀ ਮਾਇਆ ਦੀ ਤ੍ਰਿਸ਼ਨਾ ਬੁਝਦੀ ਨਹੀਂ, ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲੱਗੀ ਰਹਿੰਦੀ ਹੈ। ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਲਾ ਇਲਾਜ ਰੋਗ ਜੀਵ ਦੇ ਅੰਦਰ ਪੈਦਾ ਹੋ ਜਾਂਦਾ ਹੈ। ਇਸ ਵੱਡੇ ਖਾਈ ਰੋਗ ਦੇ ਵਿੱਚ ਹੀ ਇਸਦਾ ਸਰੀਰ ਨਾਸ਼ ਹੋ ਜਾਂਦਾ ਹੈ। ਪਰ ਹੇ ਭਾਈ, ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ। ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ। ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸਨੇ ਉਹਨਾਂ ਨੂੰ ਆਦਰ ਸਤਿਕਾਰ ਦਿੱਤਾ ਹੋਇਆ ਹੈ। ਹੇ ਨਾਨਕ, ਪਰਮਾਤਮਾ ਮਿਹਰ ਕਰਕੇ, ਦਇਆ ਕਰਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।